ਹੋਏਗਾ ਜੀ। ਮੈਂ ਤੁਹਾਡਾ ਲਖਵਿੰਦਰ ਸਿੰਘ ਜਿਆਦ, ਮੇਰੇ ਚੈਨਲ ਤੇ ਨੰਬਰ ਚੈਨਲ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਉ ਜੀ ਤੱਕ ਪਹੁੰਚ ਰਵੇ। ਸੋ ਵੀਡੀਓ ਲੈ ਕੇ ਆਏ ਹਾਂ, ਆ ਜਾਵੇ ਮਾਹੀਆਂ ਸਿੱਧੂ ਮੂਸੇਵਾਲਾ ਤੇ ਐਕਸ ਇਮਰਾਨ ਖਾਨ ਵਾਈ ਦਾ ਸੌਂਗ ਰੀਮਿਕਸ ਕਰਕੇ ਬਾਈ ਨੇ ਬਣਾਇਆ। ਆਓ ਦੇਖਣਾ ਕਰਦੇ ਕਿਵੇਂ ਦਾ ਹੁੰਦਾ। ਸਿੱਧੂ ਮੂਸੇਵਾਲਾ ਬਾਈ ਰੀਮਿਕਸ ਬਹੁਤ ਪਿਆਰੀ ਕਰਦਾ ਹੈ। सारे पारे तोड़ लिया तेरे मच रख दिया मैं, एक बारी साले सोल तू आ जा, हो न मंगा तेरे को मैं जू मिच डोब न सानू अपने किए च रख लै, तेरे दिल मिच मैं हूं रहना या तेरी जीना मैं क्या मैं बातेरी मूह मर तेरी मूह मर तेरी ਬਾਈ ਨੇ ਸੌਂਗ ਰੀਮਿਕਸ ਕਰਕੇ ਬਣਾਇਆ ਇਮਰਾਨ ਖਾਨ ਬਾਈ ਦਾ ਅਤੇ ਸਿੱਧੂ ਮੂਸੇਵਾਲੇ ਦਾ, ਜਿਹਦੇ ਵਿੱਚ ਇੱਕ ਗੱਲ ਨੋਟ ਕਰਿਓ ਯਾਰ, ਜਿੰਨੇ ਵੀ ਸਿੱਧੂ ਮੂਸੇਵਾਲੇ ਨੇ ਗਾਣੇ ਗਾਏ ਨੇ ਭਾਵੇਂ ਉਹ ਕੁੜੀਆਂ ਦੇ ਨਾਲ ਵੀ ਗਾਏ ਹੋਣ, ਪਰ ਉਹਦੇ ਵਿੱਚ ਕੋਈ ਲੱਚਰਪੁਣਾ ਵਾਲਾ ਨਹੀਂ ਗੱਲ ਯਾਰ, ਇੱਕ ਸਿੰਪਲ ਅਤੇ ਸਾਦਗੀ ਵਾਲਾ ਉਹਨੇ ਗੱਲ ਕਰਤੀ। ਅਤੇ ਜਿਨ੍ਹਾਂ ਜਿਨ੍ਹਾਂ ਕੁੜੀਆਂ ਦੇ ਨਾਲ ਗਾਏ ਵੀ ਹੋਏ ਗਾਣੇ, ਉਹਨਾਂ ਕੁੜੀਆਂ ਦੀ ਜਦੋਂ ਇੰਟਰਵਿਊ ਆਈ ਨਾ, ਤਾਂ ਉਹਨਾਂ ਨੇ ਇਹ ਗੱਲ ਕੀਤੀ ਕਿ ਜਦੋਂ ਸਾਡੇ ਨਾਲ ਗੱਲ ਕਰਦਾ ਸੀ ਨਾ ਸਿੱਧੂ, ਅੱਖਾਂ ਉਹਦੀਆਂ ਨੀਵੀਆਂ ਹੁੰਦੀਆਂ, ਸ਼ਰਮਾਊ ਬੜਾ ਸੀ ਉਹ ਬੰਦਾ ਯਾਰ, ਕਿ ਇੰਨੇ ਸਾਫ਼ ਦਿਲ ਦਾ ਯਾਰ ਬੰਦਾ ਸੀ ਕਿ ਉਹਨੇ ਕਦੀ ਵੀ ਕੁੜੀਆਂ ਦੇ ਲੱਕ ਨਹੀਂ ਮਿਲੇ, ਜਾਂ ਕਹਿ ਲਈਏ ਕਦੀ ਵੀ ਕੁੜੀਆਂ ਦੇ ਲੱਚਰਪੁਣੇ ਵਾਲਾ ਜਿੱਤਰਾ ਸੀ ਕੁੜੀ ਨੂੰ ਕਿਸ ਨਿਗਾਹ ਦੇ ਨਾਲ ਦੇਖਦੇ ਕਈਆਂ ਸੌਂਗਾਂ ਦੇ ਵਿੱਚ ਨਾ, ਉਹ ਚੀਜ਼ ਸਿੱਧੂ ਨੇ ਨਹੀਂ ਕਦੀ ਗਾਈ ਸੀ ਯਾਰ।
ਉਹ ਹਮੇਸ਼ਾ ਹੀ ਕੁੜੀਆਂ ਧੀਆਂ ਭੈਣਾਂ ਦੀ ਇਹ ਚੀਜ਼ਾਂ ਦੀ ਰਿਸਪੈਕਟ ਕਰਦਾ ਹੁੰਦਾ ਸੀ ਯਾਰ। ਇਸ ਕਰਕੇ ਬਾਈ ਉਹ ਸਾਦਗੀ ਅਤੇ ਸਿੰਪਲ ਦੇ ਵਿੱਚ ਜਿਉਣ ਵਾਲਾ ਸੀ। ਬਾਕੀ ਆਪ ਜੀ ਨੇ ਸਾਰਿਆਂ ਦੇ ਸਾਹਮਣੇ ਗਾਣੇ ਵੇਖੇ ਹੀ ਆ, ਗਾਏ ਵੀ ਹੋਏ ਆ, ਪਰ ਆਮ ਤਰੀਕੇ ਦੇ ਨਾਲ ਸਿੰਪਲ ਗਾਣੇ ਆ। ਉਹਦੇ ਵਿੱਚੋਂ ਵੀ ਕੁਝ ਇੱਕ ਪਿਆਰ ਦੇ ਮੁਹੱਬਤ ਵਾਲੀ ਫੀਲਿੰਗ, ਇੱਕ ਜੁੜਨ ਵਾਲੀ ਫੀਲਿੰਗ ਆਉਂਦੀ ਹੈ। ਕੋਈ ਲਹਿਦਾ ਕੋਈ ਇਹ ਨਹੀਂ ਕਿ ਪਰਿਵਾਰਕ ਨਹੀਂ ਉਹਨੂੰ ਦੇਖ ਸਕਦਾ, ਦੇਖ ਸਕਦੇ ਨੇ। ਦੂਜੀ ਗੱਲ, ਇਮਰਾਨ ਖਾਨ ਬਾਈ ਦਾ ਸੌਂਗ ਜਿਹੜਾ ਕੀਤਾ ਕਿ ਆ ਜਾਵੇ ਮਾਹੀ, ਜਦੋਂ ਇਹ ਬਾਈ ਨੇ ਰੀਮਿਕਸ ਕਰਕੇ ਨਾਲ ਸੌਂਗ ਲਾਇਆ ਅਤੇ ਇੱਕ ਇਹ ਚੀਜ਼ ਬੜੀ ਮਹਿਸੂਸ ਹੁੰਦੀ ਹੈ ਕਿ ਸਿੱਧੂ ਬਾਈ ਤੂੰ ਅੱਜ ਵੀ ਜੇ ਤੂੰ ਆ ਜਾ, ਜੇ ਆਪਾਂ ਉਸ ਤਰੀਕੇ ਦੇ ਨਾਲ ਸੋਚੀਏ ਕਿ ਜੇ ਸਿੱਧੂ ਬਾਈ ਨੂੰ ਅੱਜ ਵੀ ਕਹੀਏ ਕਿ ਅੱਜ ਵੀ ਆ ਜਾ ਯਾਰ, ਦੇਖੇ ਤੇ ਸਹੀ ਤੇਰੇ ਤੋਂ ਬਾਅਦ ਤੇਰੀ ਕਿੰਨੀ ਚੜ੍ਹਾਈ ਆ ਯਾਰ ਕਰਕੇ, ਅੱਜ ਵੀ ਉਹ ਮਾਂ ਉਡੀਕਦੀ ਆ, ਅੱਜ ਵੀ ਉਹ ਪਿਤਾ ਉਡੀਕਦਾ ਹੈ, ਪਰ ਕਹਿ ਲਈਏ ਕਿ ਗਿਆ ਹੋਇਆ ਪੁੱਤ ਨਹੀਂ ਵਾਪਸ ਆਏਗਾ, ਪਰ ਪੁੱਤ ਦਾ ਜਿਹੜਾ ਪਿਆਰ ਰੁਤਬਾ ਜਿਹੜਾ ਉਹ ਹਮੇਸ਼ਾ ਹੀ ਉਸ ਮਾਂ ਬਾਪ ਨੂੰ ਹੌਂਸਲਾ ਦਿੰਦਾ ਰਹੇਗਾ ਯਾਰ। ਅਤੇ ਬਾਈ ਨੇ ਜਸਟਿਸ ਫੋਰ ਸਿੱਧੂ ਮੂਸੇਵਾਲੇ ਦੀ ਜਿਹੜੀ ਲਾਸਟ ਦੇ ਹੈਸ਼ਟੈਗ ਲਗਾਇਆ ਹੋਇਆ ਹੈ, ਅਤੇ ਇਹ ਹੈਸ਼ਟੈਗ ਬਹੁਤ ਚਿਰ ਦਾ ਵਰਤਿਆ ਵੀ ਜਾ ਰਿਹਾ, ਪਰ ਇਹ ਚੀਜ਼ਾਂ ਚਾਹੀਦੀਆਂ ਨੇ ਕਿ ਉਸ ਪਰਿਵਾਰ ਨੂੰ ਇਨਸਾਫ ਮਿਲੇ। ਕਿ ਮੈਂ ਆਪਣੀ ਲਾਈਫ ਦੇ ਵਿੱਚ ਸੱਚੀ ਦੱਸਾਂ ਕੋਈ ਇਹੋ ਜਿਹਾ ਸਿੰਗਰ ਨਹੀਂ ਵੇਖਿਆ ਕਿ ਜਿਹਦੀ ਇੰਨੀ ਚੜ੍ਹਾਈ ਹੋਏ। ਬੀ ਪ੍ਰਾਗ ਦੀ ਇੰਟਰਵਿਊ ਆਈ ਸੀ ਬਾਈ ਦੀ, ਉਹ ਖੁਦ ਦੱਸ ਰਿਹਾ ਕਹਿੰਦਾ ਕਿ ਜਿੱਡਾ ਮਰਜ਼ੀ ਵੱਡੇ ਲੈਵਲ ਦਾ ਸਿੰਗਰ ਆ ਜਾਵੇ ਨਾ, ਭਾਵੇਂ ਕਿਤੇ ਵੀ ਆ ਜਾਵੇ, ਕਹਿੰਦੇ ਉਹਦੀ ਕੋਈ ਰੀਸ ਨਹੀਂ ਕਰ ਸਕਦਾ। ਅੱਜ AI ਦੇ ਨਾਲ ਕੁਝ ਸੌਂਗ ਬਣਾਏ ਜਾ ਰਹੇ ਨੇ, ਪਰ ਸੱਚੀ ਯਾਰ ਉਹਦੀ ਇੱਕ ਅਲੱਗ ਵੱਖਰੀ ਫੀਲ ਕਰ ਆਉਂਦੀ ਸੀ ਯਾਰ। ਪਤਾ ਲੱਗ ਜਾਂਦਾ ਕਿ ਇਹ AI ਆ ਅਤੇ ਇਹ ਸਿੱਧੂ ਮੂਸੇਵਾਲਾ ਆ। ਉਹਦੀ ਬੜਕ ਸੀ ਉਹਦੀ ਆਵਾਜ਼ 'ਚ ਯਾਰ, ਇਹ ਐਂਡ ਸੀ ਯਾਰ ਬਾਈ ਦੀ, ਉਹ ਕਲਮ ਦਾ ਤੋੜ ਨਹੀਂ ਸੀ ਕੋਈ ਯਾਰ। ਸੋ ਬਹੁਤ ਪਿਆਰਾ ਬਾਈ ਨੇ ਸੌਂਗ ਬਣਾਇਆ। ਆਪ ਜੀ ਦਾ ਸਿੰਗਰ ਨਾਮ ਜੀ ਨੂੰ ਸੌਂਗ ਕਿਵੇਂ ਲੱਗਾ, ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੀ ਹੈ, ਤਾਂ ਪਲੀਜ਼ ਸਤਿ ਸ਼੍ਰੀ ਅਕਾਲ, ਬਾਏ ਬਾਏ।